ਜਿਹੜਾ ਕੈਚ ਹੈਗਾ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਤੁਹਾਨੂੰ, ਸਾਡੇ ਐਸ ਪੀ ਇਨਵੈਸਟੀਗੇਸ਼ਨ ਮੈਡਮ ਜਸਰੂਪ ਬਾਠ ਜੀ, ਡੀ ਐਸ ਪੀ ਆਦਮਪੁਰ, ਐਂਡ ਜਿਹੜਾ ਸਪੈਸ਼ਲ ਮੈਂ ਮੈਂਸ਼ਨਿੰਗ ਕਰਨਾ ਚਾਹੁੰਦਾ ਐਸ ਐਚ ਓ ਭੋਗਪੁਰ ਇੰਸਪੈਕਟਰ ਸਿਕੰਦਰ ਸਿੰਘ ਦੀ, ਸਾਡੇ ਇਸ ਟੀਮ ਨੇ ਬੜਾ ਅੱਛਾ ਕੰਮ ਕੀਤਾ ਹੈਗਾ। ਇਹ ਚਾਰ ਨਟੋਰੀਅਸ ਬੰਦੇ ਜਿਹੜੇ ਤੁਹਾਨੂੰ ਮੇਰੇ ਪਿੱਛੇ ਨਜ਼ਰ ਆ ਰਹੇ ਹੈਗੇ, ਇਹਨਾਂ ਨੂੰ ਅਰੈਸਟ ਕੀਤਾ ਹੈਗਾ। ਡਿਟੇਲ ਜਿਹੜੀ ਹੈਗੀ ਇਹ ਸਾਰੇ ਕੇਸ ਦੀ ਅਸੀਂ ਪ੍ਰੈਸ ਨੋਟ ਵੀ ਸ਼ੇਅਰ ਕਰ ਰਹੇ ਹਾਂ ਤੁਹਾਡੇ ਨਾਲ, ਮੇਰੇ ਖਿਆਲ ਸਟੇਟ ਲੈਵਲ ਤੋਂ ਡੀ ਜੀ ਪੀ ਸਾਹਿਬ ਨੇ ਵੀ ਸ਼ੇਅਰ ਕੀਤਾ ਹੈਗਾ। ਜਿੱਦਾਂ ਸਾਡੀ ਗੌਰਮੈਂਟ ਦੀ ਸਰ ਭਗਵੰਤ ਸਿੰਘ ਮਾਨ ਜੀ, ਸੀ ਐੱਮ ਪੰਜਾਬ, ਰਿਸਪੈਕਟਿਡ ਸੀ ਐੱਮ ਸਾਹਿਬ ਐਂਡ ਡੀ ਜੀ ਪੀ ਸਾਹਿਬ, ਉਹਨਾਂ ਦੀ ਡਾਇਰੈਕਸ਼ਨਸ ਹੈਗੀਆਂ ਵੀ ਕੋਈ ਵੀ ਜਿਹੜਾ ਕ੍ਰਿਮੀਨਲ ਐਲੀਮੈਂਟ ਹੈਗਾ ਉਹ ਸਟੇਟ ਦੇ ਵਿੱਚ ਜਿਹੜਾ ਉਹ ਨਹੀਂ ਰਹਿਣਾ ਚਾਹੀਦਾ, ਕਾਨੂੰਨ ਦਾ ਰਾਜ ਹੋਣਾ ਚਾਹੀਦਾ। ਅਤੇ ਪਤਾ ਲੱਗਣਾ ਚਾਹੀਦਾ ਹੈਗਾ ਵੀ ਜਿਹੜੀ ਪੁਲਿਸਿੰਗ ਹੈਗੀ ਆ ਉਹ ਡਾਊਨ ਦਾ ਲੈਵਲ ਹੋ ਰਹੀ ਹੈ। ਉਸੇ ਕੜੀ ਦੇ ਵਿੱਚ ਐੱਸ ਐੱਚ ਓ ਭੋਗਪੁਰ ਨੇ ਪਰਸੋਂ ਦੀ ਗੱਲ ਹੈਗੀ ਆ, ਅਲਰਟ ਟੀਮਸ ਨੇ ਜਿਹੜੀਆਂ ਇੱਕ ਚੇਜ਼ ਕੀਤੀ ਹੈ ਜਿਹੜੀ ਸਾਡੇ ਤੋਂ ਚੱਲ ਕੇ ਬਟਾਲਾ ਡਿਸਟ੍ਰਿਕਟ ਤੱਕ ਗਈ ਤਕਰੀਬਨ 70 ਕਿਲੋਮੀਟਰ ਦੀ। ਉਹਦੇ ਵਿੱਚ ਇਹਨਾਂ ਨੇ ਦੋ ਐੱਸ ਯੂ ਵੀ ਸੀਗੀਆਂ, ਇੱਕ ਬਰੇਜ਼ਾ ਕਾਰ ਹੈਗੀ ਆ, ਇੱਕ ਦੂਸਰੀ ਹੈਗੀ ਆ ਮਹਿੰਦਰਾ ਐਕਸ ਯੂ ਵੀ ਹੈਗੀ ਆ, ਉਹਨਾਂ ਨੂੰ ਕੋਸ਼ਿਸ਼ ਕੀਤੀ ਇੰਟਰਸੈਪਟ ਕਰਨ ਦੀ, ਚੇਜ਼ ਹੋ ਗਈ। ਉਹਦੇ ਵਿੱਚ ਇਹਨਾਂ ਨੇ ਉਹ ਗੱਡੀਆਂ ਫੜ ਲਈਆਂ, ਅਤੇ ਪਲੱਸ ਉਹਦੇ ਤੋਂ ਜਿਹੜਾ ਅੱਗੇ ਟ੍ਰੇਲ ਬਣੀ ਹੈਗੀ ਆ ਉਹ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਚਾਹੁੰਦਾ। ਇਹਦੇ ਨਾਲ ਇਹਨਾਂ ਦੇ ਵਿੱਚ ਹੀ ਇੱਕ ਮੁੰਡਾ ਹੈਗਾ ਜਿਹਦਾ ਨਾਮ ਹੈਗਾ ਸਾਬੀ ਕਮਾਂਡੋ, ਉਹਨੂੰ ਉਹਦਾ ਏਲੀਅਸ ਹੈਗਾ ਸਾਬੀ ਕਮਾਂਡੋ, ਅਤੇ ਉਹਦਾ ਪੂਰਾ ਨਾਮ ਤੁਹਾਨੂੰ ਅਸੀਂ ਪ੍ਰੈਸ ਨੋਟ 'ਚ ਸ਼ੇਅਰ ਕਰ ਦਿੰਦੇ ਹੈਗੇ ਹਾਂ। ਇਸ ਬੰਦੇ ਨੇ 23 ਜੁਲਾਈ ਨੂੰ ਪਿਛਲੇ ਮਹੀਨੇ ਉੱਥੇ ਗਾਂਧੀ ਕੈਂਪ ਦੇ ਵਿੱਚ ਇੱਕ ਮਰਡਰ ਕੀਤਾ ਸੀ। ਇੱਕ ਕਾਹਦਾ ਕੀਤਾ ਸੀ, ਤਕਰੀਬਨ ਦੋ ਹੀ ਸੀਗੇ, ਦੂਸਰਾ ਬੰਦਾ ਜਿਹੜਾ ਹੈਗਾ ਉਹ ਹਾਲੇ ਤੱਕ ਸੀਰੀਅਸਲੀ ਇੰਜਰਡ ਹੈਗਾ, ਜਿਹੜਾ ਕਿ ਹੋਸਪਿਟਲਾਈਜ਼ ਰਿਹਾ ਔਰ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ। ਉਹ ਤੋਂ ਇਲਾਵਾ ਜਦੋਂ ਉਸ ਬਟਾਲਾ ਪੁਲਿਸ ਨੇ ਉਹਨੂੰ ਇਨਵੈਸਟੀਗੇਟ ਕੀਤਾ, ਇਹ ਉੱਥੋਂ ਭੱਜ ਕੇ ਆਪਣਾ ਮੋਬਾਈਲ ਮੂਲ ਸਿਮ ਤੋੜ ਕੇ ਸਾਰਾ ਇੱਥੇ ਜਲੰਧਰ ਦੇ ਏਰੀਏ ਦੇ ਵਿੱਚ ਆ ਕੇ ਰਹਿਣ ਲੱਗ ਪਿਆ। ਸਾਡੇ ਐੱਸ ਐੱਚ ਓ ਸਾਹਿਬ ਨੂੰ ਜਿਹੜੀ ਹੈ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ, ਇਹਨਾਂ ਨੇ ਉਹਨਾਂ ਨੂੰ ਚੇਜ਼ ਕੀਤਾ, ਇਹ ਸਾਰੇ ਮਡੂਲ ਨੂੰ ਚੇਜ਼ ਕੀਤਾ ਜਿਹੜਾ ਉਹਨਾਂ ਦੇ ਕੋਲ ਸੀਗਾ ਵੀ ਇਹ ਬੰਦੇ ਇੱਥੇ ਲੁੱਕ ਕੇ ਆਪਣਾ ਨਵਾਂ ਮਡੂਲ ਬਣਾ ਰਹੇ ਹੈਗੇ ਆ। ਉਹ ਤੋਂ ਬਾਅਦ ਉਹਨਾਂ ਨੇ 1 by 1 ਇਹ ਅਰੈਸਟ ਕੀਤੀਆਂ ਹੈਗੀਆਂ। ਇਹਦੇ ਵਿੱਚੋਂ ਸਾਨੂੰ ਕਾਫੀ ਵੱਡੀ ਰਿਕਵਰੀਜ਼ ਜਿਹੜੀਆਂ ਹੋਈਆਂ, ਇੱਕ ਗਲੋਕ 9 mm ਦਾ ਪਿਸਟਲ ਆਉਂਦਾ ਚਾਈਨੀਜ਼, ਔਰ ਜਿਹੜਾ ਕਿ ਦੈਟ ਇਜ਼ ਅ ਵੈਰੀ ਗੁੱਡ ਵੈਪਨ, ਜਿਹਦੇ ਆਲਮੋਸਟ ਸਿਮਿਲਰ ਟੂ ਆਰ ਵੈਪਨ ਜਿਹੜੇ ਸਾਡੇ ਕੋਲ ਹੁੰਦੇ ਹੈਗੇ ਆ। ਬਾਕੀ ਇਹ ਤੋਂ ਇਲਾਵਾ ਜਿਹੜੇ ਹੈਗੇ ਆ ਦੂਸਰੇ 2 ਪਿਸਟਲ 34 ਦੇ ਮਿਲੇ ਹੈਗੇ ਆ, ਔਰ ਇੱਕ ਇਹਨਾਂ 'ਚ ਰਿਵੋਲਵਰ ਵੀ ਮਿਲਿਆ, ਉਹਨੂੰ ਅਸੀਂ ਹਾਲੇ ਚੈੱਕ ਕਰਾਂਗੇ ਸਾਇੰਟੀਫਿਕਲੀ ਵੀ ਉਹ ਕਿੱਥੇ ਦਾ ਮੇਕ ਹੈਗਾ, ਉਹਦਾ ਕਿੱਥੋਂ ਮਿਲਿਆ। ਬਾਕੀ ਕਾਰਟ੍ਰਿਜਸ ਹੈਗੇ ਨੇ ਨਾਲ, 2 ਗੱਡੀਆਂ ਹੈਗੀਆਂ। ਇਸ ਅਰੈਸਟ ਦੇ ਨਾਲ ਜਿਹੜਾ ਇਹਨਾਂ ਦਾ ਪਾਸਟ ਕ੍ਰਾਈਮ ਆ ਉਹ ਤਾਂ ਟਰੇਸ ਹੋਇਆ ਹੀ ਹੋਇਆ, ਉਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਫਿਊਚਰ ਡਿਜ਼ਾਇਨ ਸੀ ਇੱਥੇ ਆ ਕੇ ਵੀ ਇਹ ਹੋਰ ਇੱਦਾਂ ਦੇ ਕੰਮ ਕਰ ਸਕਦੇ ਸੀਗੇ, ਉਹਨੂੰ ਵੀ ਅਸੀਂ ਰੋਕਿਆ ਹੈਗਾ। ਜਦੋਂ ਇਹਨਾਂ ਦੀ ਹੁਣ ਤੱਕ ਦੀ ਇਨੀਸ਼ੀਅਲ ਜਿਹੜੀ ਤਫਤੀਸ਼ ਹੋਈ ਹੈ, ਇਨਵੈਸਟੀਗੇਸ਼ਨ ਹੋਈ ਹੈ, ਉਹਦੇ ਵਿੱਚ ਜਿਹੜਾ ਸੋਰਸ ਆਫ ਵੈਪਨਸ ਆ, ਜਿਹੜੇ ਇੰਨੇ ਸਫਿਸਟੀਕੇਟਡ ਵੈਪਨ ਤੁਹਾਡੇ ਸਾਹਮਣੇ ਨਜ਼ਰ ਆ ਰਹੇ ਤੁਹਾਨੂੰ ਪਏ, ਉਹਨਾਂ ਬਾਰੇ ਪਤਾ ਕੀਤਾ ਗਿਆ, ਤਾਂ ਉਹ ਗੱਲ ਸਾਹਮਣੇ ਆਈ ਹੈ ਵੀ ਇੱਕ ਜਰਮਨ ਦੇ ਵਿੱਚ ਬੰਦਾ ਬੈਠਾ ਹੋਇਆ, ਉਹਨੂੰ ਜਿੱਦਾਂ ਇਹਦਾ ਏਰੀਅਸ ਸਾਬੀ ਕਮਾਂਡੋ ਹੈਗਾ, ਉਹਦਾ ਏਰੀਅਸ ਆਂਡਾ ਆਂਡਾ ਕਹਿੰਦੇ ਉਹਨੂੰ। ਹੀ ਇਜ਼ ਐਸੋਸੀਏਟਡ ਆਫ ਮਿਸਟਰ ਜੱਗੂ ਭਗਵਾਨਪੁਰੀਆ, ਇੱਕ ਇੱਥੇ ਦਾ ਬਦਮਾਸ਼ ਸੀਗਾ ਜਿਹੜਾ ਕਿ ਹੁਣ ਕਾਫੀ ਚਿਰ ਤੋਂ ਜੇਲ੍ਹਾਂ ਦੇ ਵਿੱਚ ਧੱਕੇ ਖਾ ਰਿਹਾ ਹੈਗਾ।
ਉਹਦੇ ਨਾਲ ਐਸੋਸੀਏਟਡ ਸੀਗਾ, ਉਹ ਉੱਥੇ ਬੈਠ ਕੇ ਇੱਦਾਂ ਦੇ ਬੰਦਿਆਂ ਨੂੰ ਜਿਹੜੇ ਯੰਗ ਮੁੰਡੇ ਹੈਗੇ ਆ ਜਿਹਨਾਂ ਨੂੰ ਉਹ ਅਗਲੇ ਐਕਸਪਲੋਇਟ ਕਰ ਸਕਦੇ ਆਪਣੇ ਕੰਮਾਂ ਲਈ, ਅਤੇ ਉਹ ਐਕਸਪਲੋਇਟ ਕਰਦੇ ਹੈਗੇ ਆ, ਫਿਰ ਇੱਕ ਨੂੰ ਦੂਜੇ ਨਾਲ ਲੜਾਉਂਦੇ ਹੈਗੇ, ਫਿਰ ਪੋਸਟਰਾਂ ਪਾਉਂਦੇ ਹੈਗੇ ਆ, ਸਾਡੇ ਪੰਜਾਬ ਦਾ ਜਿਹੜਾ ਮਾਹੌਲ ਹੈਗਾ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ। ਮੈਂ ਫਿਰ ਤੁਹਾਨੂੰ ਦੱਸ ਰਿਹਾ ਵੀ ਗੌਰਮੈਂਟ ਬੜੀ ਕਲੀਅਰ ਹੈਗੀ ਆ, DGP ਸਾਹਿਬ ਦੀਆਂ ਬੜੀਆਂ ਸਖ਼ਤ ਹਦਾਇਤਾਂ ਹੈਗੀਆਂ, ਇੱਦਾਂ ਦਾ ਕੋਈ ਵੀ ਜਿਹੜਾ ਆਪਣਾ ਡਿਜ਼ਾਈਨ ਆ ਉਹ ਅਸੀਂ ਇੱਥੇ ਨਹੀਂ ਹੋਣ ਦੇਵਾਂਗੇ। ਇਹ ਭੋਗਪੁਰ ਪੁਲਿਸ ਦੀ, ਆਦਮਪੁਰ ਸਬ ਡਿਵੀਜ਼ਨ ਦੀ ਔਰ SP ਇਨਵੈਸਟੀਗੇਸ਼ਨ ਦੀ ਬਹੁਤ ਅੱਛੀ ਪ੍ਰਾਪਤੀ ਹੈਗੀ ਆ, ਇਹਨਾਂ ਨੂੰ ਅਸੀਂ ਸੂਟੇਬਲੀ ਰਿਵਾਰਡ ਕਰਕੇ DGP ਸਾਹਿਬ ਨੂੰ ਭੇਜ। ਥੈਂਕ ਯੂ ਜੀ। ਜੀ ਇਹ ਸਾਰੇ ਜਿਹੜੇ ਹੈਗੇ ਆ, ਇੱਕ ਬੰਦਾ ਉੱਧਰੋਂ ਆ ਗਿਆ ਬਟਾਲੇ ਵਾਲਾ, ਬਾਕੀ ਇੱਕ ਲੋਕਲ ਮੁੰਡਾ ਸੀ, ਬਾਕੀ ਦੋ ਪਿੰਡਾਂ ਦੇ ਮੁੰਡੇ ਸੀਗੇ, ਪੰਜਵਾਂ ਇੱਕ ਬੰਦਾ ਸਾਡਾ ਹਲੇ ਫੰਡ ਹੋਣ ਵਾਲਾ ਰਹਿੰਦਾ ਉਹਦੀ ਅਸੀਂ ਇਸ ਇੱਕ ਟਰਾਂਸਪੋਰਟ ਨਗਰ ਦੇ ਵਿੱਚ ਸੀਗਾ ਜੀ, ਜਿਹੜਾ ਆਪਣਾ ਕੋਈ ਹੈਗਾ ਇੱਥੇ ਏਰੀਆ, ਇੱਕ ਸਾਡੇ ਵਿੱਚ ਪਿੰਡ ਪੈਂਦਾ ਹੈ ਉੱਧਰਲੇ ਪਾਸੇ ਸੀਗਾ, ਬਟ ਇਹ ਤਾਂ ਸਾਰੀਆਂ ਗੱਲਾਂ ਆਫਟਰ ਦਾ ਇਨਵੈਸਟੀਗੇਸ਼ਨ ਕਲੀਅਰ ਹੋਣ। ਹਾਂਜੀ ਭੇਜ ਦਿਓ। ਸਿਕੰਦਰ ਕੋਈ ਕਰ ਦਿਓ ਜੀ, ਲੈ ਜਾਓ ਜੀ। ਬਟਾਲੇ ਦਾ ਬੰਦਾ ਸੀਗਾ, ਨਵਾਂ ਮਡੂਲ ਬਣਾ ਰਿਹਾ ਸੀ, ਕਤਲ ਦੇ ਵਿੱਚ ਵਾਂਟਡ ਸੀਗਾ, ਉੱਥੋਂ ਭੱਜ ਕੇ ਇੱਥੇ ਆ ਗਿਆ, ਇੱਥੇ ਆ ਕੇ ਨਵਾਂ ਬਣਾ ਰਿਹਾ ਸੀ ਗਰੁੱਪ, ਫਿਰ ਇੱਥੋਂ ਬਟਾਲੇ ਕਰਨੀ ਸੀ ਵਾਰਦਾ, ਜਿੱਥੇ ਕਰਨੀ ਸੀ ਉਸ ਪ੍ਰੋਸੈਸ ਦੇ ਵਿੱਚ ਇਹ ਬਣੇ। ਇਹ ਬੰਦਾ ਇੱਕ ਸਾਡੇ ਕੋਲ ਆਈਡੈਂਟੀਫਾਈ ਹੋਇਆ ਜਿਹੜਾ ਪਾਰਟ ਆਫ ਇਨਵੈਸਟੀਗੇਸ਼ਨ 'ਚ ਹੈਗਾ, ਉਹਨੂੰ ਅਸੀਂ ਕਰ ਰਹੇ ਹਾਂ। ਮੇਰਾ ਖਿਆਲ ਆ ਉਹ ਜੋ ਹੁਣ ਤੱਕ ਦੀ ਤਫਤੀਸ਼ ਇਹ ਦੱਸ ਰਿਹਾ, ਮੇਰੀ SSP ਬਟਾਲਾ ਨਾਲ ਵੀ ਗੱਲ ਹੋਈ ਸੀ, ਜਿਹੜਾ ਇਹ ਬੰਦਾ ਹੈਗਾ ਸਾਬੀ ਕਮਾਂਡੋ, ਇਹ ਵੈਪਨਸ ਜਿਹੜੇ ਸਾਰੇ ਇਹਨਾਂ ਨੂੰ ਇੱਕ ਬੰਦੇ ਨੇ ਦਿੱਤੇ ਸੀ ਬਟਾਲੇ ਵਾਲੇ ਨੇ, ਉਹਦਾ ਅਸੀਂ ਪ੍ਰੈਸ ਨੋਟ 'ਚ ਜ਼ਿਕਰ ਵੀ ਕਰਾਂਗੇ। ਉੱਥੇ ਗਾਂਧੀ ਕੈਂਪ ਏਰੀਆ ਹੈਗਾ, ਉੱਥੇ ਦਿੱਤੇ ਸੀਗੇ, ਅਤੇ ਉਹ ਬੰਦਾ ਆਲਰੇਡੀ ਮੇਰਾ ਖਿਆਲ ਥੋੜ੍ਹੇ ਦਿਨ ਪਹਿਲਾਂ ਪੁਲਿਸ ਨੇ ਕਾਫੀ ਵੱਡੇ ਐਮੂਨੇਸ਼ਨ ਦੇ ਨਾਲ ਅਰੈਸਟ ਕਰ, ਉਹ ਵੀ ਜੇਲ੍ਹ 'ਚ ਹੈਗਾ, ਉਹ ਵਾਲਾ ਬੰਦਾ ਉਹਦੇ ਲਿੰਕਡ ਹੈਗਾ ਜਰਮਨੀ ਵਾਲੇ ਨੂੰ। ਦੇਖੋ ਇਹ ਸਾਰੀਆਂ ਗੱਲਾਂ ਹਲੇ ਤਫਤੀਸ਼ ਦੇ ਵਿੱਚ ਆਉਣੀਆਂ, ਏਜ ਤੁਹਾਨੂੰ ਹੁਣੀ ਪ੍ਰੈਸ ਨੋਟ 'ਚ ਅਸੀਂ ਸ਼ੇਅਰ ਕਰ ਦਿੰਦੇ ਹਾਂ ਵੀ ਐਗਜੈਕਟ ਕਿੰਨੀ ਕਿੰਨੀ ਏਜ ਹੈਗੀ ਆ। ਬਾਕੀ ਜਿਹੜਾ ਇਹਨਾਂ ਦਾ ਸਿਸਟਮ ਹੈਗਾ ਉਹ ਇਹ ਹੈਗਾ ਬਈ, ਮੇਨ ਜੱਗੂ ਭਗਵਾਨਪੁਰੀਆ ਜੇਲ੍ਹ 'ਚ ਚਲੇ ਗਿਆ, ਉਹਦੇ ਨਾਲ ਦਾ ਕੋਈ ਲੰਡੂ ਆਦਮੀ ਜਰਮਨੀ 'ਚ ਚਲੇ ਗਿਆ, ਟੈਲੀਫੋਨਿਕਲੀ ਉਹ ਜਿਹੜੇ ਯੰਗ ਇੱਦਾਂ ਦੇ ਬੱਚੇ ਹੈਗੇ ਆ ਉਹਨਾਂ ਨੂੰ ਐਕਸਪਲੋਇਟ ਕਰ ਲਿਆ, ਫਿਰ ਆਪਣੀ ਦੁਕਾਨਦਾਰੀ 'ਚ ਲੈ ਗਏ। ਹੁਣ ਇਹ ਦੁਕਾਨਦਾਰੀਆਂ ਬੰਦ ਕਰਨ ਲਈ ਸਾਡੀ ਡਿਊਟੀ ਲੱਗੀ ਹੈਗੀ ਗੌਰਮੈਂਟ ਵੱਲੋਂ, ਕਿ ਜਿਹੜੇ ਆਪਣੇ ਆਪ 'ਚ ਗਲੋਰੀਫਾਈ ਕਰਦੇ ਆ ਵੀ ਫਲਾਨਾ ਆ ਗਿਆ, ਧਿਮਕੜਾ ਆ ਗਿਆ, ਪੋਸਟਰਾਂ ਪਾਉਂਦੇ ਨੇ, ਇਹਦੇ ਵਿੱਚ ਵੀ ਹੋਇਆ ਇਹ ਕੰਮ। ਜਦੋਂ ਇਹ ਮਰਡਰ ਕੀਤਾ ਗਿਆ ਉਸ ਤੋਂ ਬਾਅਦ ਪੋਸਟਾਂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਵੀ ਅਸੀਂ ਗਲੋਰੀਫਾਈ ਕਰੀਏ ਉਸ ਗੱਲ ਨੂੰ, ਉਹਨੂੰ ਅਸੀਂ ਕੰਡੈਮ ਵੀ ਕਰਦੇ ਹੈਗੇ ਆ, ਔਰ ਮੈਂ ਤੁਹਾਡੇ ਰਾਹੀਂ ਆਪਣੇ ਯੂਥ ਨੂੰ ਇਹ ਸੁਨੇਹਾ ਵੀ ਦੇਣਾ ਚਾਹੁੰਦਾ ਵੀ ਇੱਦਾਂ ਦੇ ਕੰਮਾਂ ਦੇ ਵਿੱਚ ਆ ਕੇ ਆਪਣਾ ਫਿਊਚਰ ਬਰਬਾਦ ਨਾ। ਆਂਡੇ ਨੇ ਜਿਹੜਾ ਬੰਦਾ 200 ਤੋਂ ਵੱਧ ਆਪਣੇ ਕਾਟਰੇਜਿਸ ਨਾਲ ਬਟਾਲਾ ਪੁਲਿਸ ਨੇ ਅਰੈਸਟ ਕੀਤਾ, ਉਹਦੇ ਨਾਲ ਉਹਦਾ ਕੰਟੈਕਟ ਸੀਗਾ, ਔਰ ਉਹਦਾ ਇਹ ਤੋਂ ਇਲਾਵਾ ਵੀ ਹੋਰ ਕਿਸੇ ਨਾਲ ਕੰਟੈਕਟ ਹੋ ਸਕਦਾ। ਇਹ ਤਾਂ ਹੁਣ ਜਦੋਂ ਜੇਲ੍ਹ ਵਾਲਾ ਬੰਦਾ ਸੀ ਪ੍ਰੋਡਕਸ਼ਨ ਪੁਆਇੰਟ 'ਤੇ ਲਿਆਵਾਂਗੇ, ਫਿਰ ਸਾਡਾ ਅਗਲਾ ਮਡੂਲ ਕਲੀਅਰ ਹੋ ਜਾਵੇ। ਇਹ ਤਾਂ ਹੁਣ ਤੱਕ ਦੀ ਪ੍ਰਿਲਿਮਰਲੀ ਇਹਦੀ ਜਿਹੜੀ ਮੁੰਡੇ ਦੀ ਕਮਾਂਡੋ ਦੀ ਹੈਗੀ, ਸਾਬੀ ਕਮਾਂਡੋ ਦੀ ਇੰਟੈਰੋਗੇਸ਼ਨ ਹੈਗੀ, ਉਹ ਮੈਂ ਤੁਹਾਨੂੰ ਸ਼ੇਅਰ ਕਰ। ਹਾਂਜੀ, ਇਹਨਾਂ ਦੇ ਉੱਪਰ ਪਰਚੇ ਦਰਜ ਹੈਗੇ ਆ, ਇਹਨਾਂ ਦੇ ਵਿੱਚੋਂ
ਤਕਰੀਬਨ ਸਾਰਿਆਂ 'ਤੇ ਇਹਦੇ 'ਤੇ ਤਾਂ ਮੇਰੇ ਖਿਆਲ 5-6 ਪਰਚੇ ਆ, ਅਟੈਂਪਟ ਟੂ ਮਰਡਰ ਇੱਦਾਂ ਦੇ ਪਰਚੇ, ਹੀਨੀਅਸ ਕ੍ਰਾਈਮਸ ਦੇ, ਬਾਕੀਆਂ 'ਤੇ ਵੀ ਪਰਚੇ ਹੈਗੇ, ਉਹ ਡਿਟੇਲ ਸਾਰੀ ਸ਼ੇਅਰ ਕਰ ਰਹੇ। 70 ਕਿਲੋਮੀਟਰ ਤੁਸੀਂ ਇਹਨਾਂ ਨੂੰ ਫੜਿਆ, ਮਗਰ ਜਾ ਕੇ ਇਹਨਾਂ ਵੱਲੋਂ ਕੋਈ ਫਾਇਰ ਵਗੈਰਾ ਵੀ ਉਦੋਂ ਕੀਤੇ ਗਏ ਕਿਸੇ ਤਰੀਕੇ ਦੇ ਨਾਲ? ਟੀਮ ਸਾਡੀ ਜਿਹੜੀ ਆ ਤੁਸੀਂ ਦੇਖ ਹੀ ਲਿਆ ਹੁਣੇ, ਅਲਰਟ ਟੀਮਸ ਨੇ ਮੌਕਾ ਹੀ ਨਹੀਂ ਦਿੱਤਾ ਇੱਦਾਂ ਦਾ ਕੁਛ ਕਰਨ ਦਾ। ਇਹ ਕਰਾਂਗੇ ਜੀ, ਇਹ ਸਾਰਾ ਹੁਣ ਇਹ ਕਲੀਅਰ ਕਰਾਂਗੇ ਵੀ ਇਹਨਾਂ ਦੇ ਆ ਖੋਏ ਹੋਏ ਆ ਕੀ, ਚੋਰੀ ਕੀਤੇ ਹੋਏ ਕੀ ਹੈ। ਦੋ ਵਹੀਕਲ ਬੰਦੇ ਚਾਰ, ਪੰਜਵਾਂ ਬੰਦਾ ਫੜ ਹੋਣ ਵਾਲਾ। ਇਹਨਾਂ ਦਾ 3 ਦਿਨ ਦਾ ਡਿਊਟੀ ਮਜਿਸਟਰੇਟ ਕੋਲ ਮਿਲਿਆ, ਇਹਨਾਂ ਦਾ ਲੰਬਾ ਰਿਮਾਂਡ ਲਵਾਂਗੇ ਕਿਉਂਕਿ ਇਹ ਤਾਂ ਹਾਲੇ ਹੋਰ ਅੱਗੇ ਚੱਲੇਗਾ। ਐਨੀਥਿੰਗ ਐਲਸ? ਥੈਂਕ ਯੂ।